ਹਮੇਸ਼ਾ ਬੋਲਦਾ ਕਿ ਕਿਤੇ ਜਾਂਦੀ ਰੰਗੀ ਧੁੱਪ ਗਈ ਏ ਬੱਦਲਾਂ 'ਚ ਛੁੱਪ, ਮੀਂਹ ਵੀ ਪੈਂਦਾ ਚੁੱਪ ਚੁੱਪ ਜੀਏ ਔਕਲੈਂਡ ਨੇ, ਕਿਤੇ ਗਾਈਆਂ ਵਾਲੀ ਡਾਰ ਆਪੇ ਬੰਨਦੀ ਕਤਾਰ ਹੈ, ਪੰਜਾਬੀ ਰੋਜ਼ਗਾਰ ਜੀਏ ਔਕਲੈਂਡ ਹੈ। ਲੰਮੀ ਘਾਹ ਦੇ ਮੈਦਾਨ ਇਹ ਤਾਂ ਸਾਡੀ ਜਿੰਦ ਜਾਨ, ਕਹਿੰਦੇ ਮੌਰੀਆਂ ਦੀ ਸ਼ਾਨ ਜੀਏ ਔਕਲੈਂਡ ਹੈ। ਸਾਡੇ ਪੰਜਾਬੀ ਆਧੁਨਿਕ ਕਾਵ ਦੇ ਸਿਰਮੌਰ ਮੋਸਟ ਸੀਨੀਅਰ ਸ਼ਾਇਰ ਕਵੀ ਸੁਰਜੀਤ ਪਾਤਰ ਸਾਹਿਬ ਇਸ ਜਹਾਨ ਤੋਂ ਵਿਦਾ ਹੋ ਗਏ ਨੇ। ਕੀ ਸ਼ਾਇਰਾਂ ਦਾ ਆਉਣਾ ਜਾਣਾ ਤੇ ਕੀ ਮਸਤੀ ਸੰਗ ਤੁਲਨਾ, ਠੁਮਕ ਠੁਮਕ ਜੇ ਨਾਲ ਨਾ ਚੱਲਣ ਆ ਸੱਜ ਲਿਖੀਆਂ ਕਵਿਤਾਵਾਂ, ਚੱਲ ਪਾਤਰ ਹੁਣ ਢੂੰਡਣ ਚੱਲੀ, ਓ ਭੁੱਲੀਆਂ ਹੋਈਆਂ ਥਾਵਾਂ, ਰੋਕਾਂ ਖਿੰਜ ਮੈਂ ਖਿਆਲਾਂ ਦੀ ਪਰਵਾਜ਼, ਤੂੰ ਤਾਂ ਸ਼ਾਇਰ ਬਣਾਇਆ ਏ ਸਰਤਾਜ, ਮੇਰੀ ਰੂਹ 'ਚ ਸਮਾਈਆਂ ਮੇਰੇ ਦਿਲ ਬਰਾ, ਰੂਹ 'ਚ ਸਮਾਈਆਂ ਮੇਰੇ ਦਿਲ ਬਰਾ, ਤੂੰ ਜੋ ਨਜ਼ਮਾਂ ਲਿਖਾਈਆਂ ਸੀ ਭੁੱਲੀਏ ਕਿਵੇਂ, ਤੂੰ ਜੋ ਨਜ਼ਰਾਂ ਠੀਕ ਸੌਂਗੀ ਹੈ। ਹਾਲਾਂਕਿ ਮੈਂ ਦੇਖ ਰਿਹਾ ਬੜੇ ਹੀ ਸਫਿਸਟੀਕੇਟਡ, ਇੱਥੇ ਸਟੂਡੈਂਟ ਨਹੀਂ ਹੈਗੇ ਜ਼ਿਆਦਾ, ਬੜੇ ਹੀ ਸਫਿਸਟੀਕੇਟਡ ਸੀਨੀਅਰ ਲੋਕ ਆਏ ਆ, ਤਾਂ ਵੀ ਚੀਕਾਂ ਮਾਰੇ। ਦਿਸ ਇਜ਼ ਵੈਰੀ ਗੁੱਡ। ਖਿੱਲਰੇ ਖਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ, ਥੱਬੇ ਦੇ ਵਿੱਚੋਂ ਯਾਦਾਂ ਵਾਲੇ ਮਰਨੇ ਕੰਨਾਲਾ, ਕਿੰਨੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ, ਮੁਰੱਬੇ ਦੇ ਤਾਂ ਸੱਜੇ ਪਾਸੇ ਗਵਾਂ ਦੀਆਂ ਪੈਣੀਆਂ, ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ, ਖੱਬੇ ਪਾਸੇ ਵਾਲਿਓ ਜਿੰਨਾ ਦੇਸ਼ ਠੰਡਾ ਆ ਓਨੇ ਬੰਦੇ ਗਰਮ ਨੇ ਤੁਸੀਂ, ਕਿ ਤੇਰੇ ਕੁਛ ਲਹਿਦ ਵੇਖਣੇ ਨੇ ਅਤੇ ਹੈ ਤੇਰਾ ਮਾਪਣਾ ਇਰਾਦਾ, ਇਸੇ ਲਈ ਦਰਦ ਦੇ ਰਹੇ ਹੋ ਇਸੇ ਲਈ ਜ਼ੁਲਮ ਤੇ ਅਮਾਦਾ, ਜ਼ਫਾ ਦੇ ਤੀਰ ਨੇ ਅਜੇ ਤਾਂ ਸਿਤਮ ਦੀ ਹੈ ਕਮਾਨ ਹਾਲੇ, ਜ਼ਫਾ ਦੇ ਤੀਰ ਨੇ ਅਜੇ ਤਾਂ ਸਿਤਮ ਦੀ ਹੈ ਕਮਾਨ ਹਾਲੇ, ਅਜੇ ਤਾਂ ਇਸ਼ਕੇ ਦੀ ਕਿਤੇ ਵੀ ਤੇਰਾ
ਕਿਤੇ ਕਿਤੇ ਮਨੁੱਖਤਾ ਅੱਟਦਾ ਇਹ ਹੱਸ ਕੇ ਬੁਲਾਉਂਦੇ ਨੇ ਕਿਤੇ ਨੀ।